ਲਾ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਵਾਰ ਤਾੜੀਆਂ ਲਾ ਦੋ ਇਹਨਾਂ ਨੌਜਵਾਨਾਂ ਲਈ ਜਿਸਾ ਕਹਿੰਦੇ ਸਟਾਰ ਹੋ ਗਿਆ ਪਹਿਲਾਂ ਕਹਿੰਦੇ ਸਾਡੇ ਨਾਲ ਕੁਸ਼ਤੀ ਕੀ ਜਿੱਤ ਕੀਤੀ ਦੂਜੀ ਕੁਸ਼ਤੀ ਬਰਾਬਰ ਹੋਈ ਸਾਡੇ ਨਾਲ ਕਿਰਲਗੜ ਦੀ ਧਰਤੀ ਤੇ 29 ਤਰੀਕ ਨੂੰ ਪਰ 30 ਤਰੀਕ ਨੂੰ ਮੰਡੋਟੀ ਦੇ ਵਿੱਚ ਕਹਿੰਦੇ ਫਤਿਹ ਸ਼ਿਕਾਲੇ ਨੂੰ ਜਿੱਤ ਕੀਤਾ ਉਸ ਤੋਂ ਬਾਅਦ ਕਹਿੰਦੇ ਬਿਣਿਆ ਜੰਮੂ ਵਾਲੇ ਨੂੰ ਜਿੱਤ ਕੀਤਾ 2 ਤਰੀਕ ਨੂੰ ਅੱਜ ਗੱਗੂ ਨਾਲ ਕੁਸ਼ਤੀ ਹੈ ਫਗਵਾੜੇ ਵਾਲੇ ਨਾਲ ਪਰ ਕੱਲ ਨੂੰ ਕਹਿੰਦੇ ਵਿਜੇ ਚੌਧਰੀ ਨਾਲ ਵੀ ਕੁਸ਼ਤੀ ਇਸ ਨੌਜਵਾਨ ਦੀ ਬੁਲਟ ਮੋਟਰਸਾਈਕਲ ਤੇ ਮਹੇਸ਼ਪੁਰੇ ਮਟਾਂ ਦੇ ਵਿੱਚ ਲਾ ਮੈਦਾਨ ਦੇ ਵਿੱਚ ਕੁਸ਼ਤੀ ਸ਼ੁਰੂ ਹੋ ਗਈ ਹੈ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੁਰੀਆਂ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੋਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐ ਮੈਨੀ ਤਰੀਫਾਂ ਹੁੰਦੀਆਂ ਕਿ ਨਾ ਬੋਹ ਦਾ ਸਪੀਕਰਾਂ ਚ ਮੇਰਾ ਐ ਮੈਨੀ ਤਰੀਫਾਂ ਹੁੰਦੀਆਂ ਲਾ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਇਹਨਾਂ ਨੌਜਵਾਨਾਂ ਦਰਮਿਆਨ ਵਾਕਿਆ ਦੇਖਾਂ ਦੇ ਵਿੱਚ ਜਿੱਤਦਾ ਕੌਣ ਹੈ ਤੇ ਹਰਦਾ ਕੌਣ ਹੈ ਇਹ ਤਾਂ ਗੱਲਾਂ ਕਹਿੰਦੇ ਸਮਝਦੀਆਂ ਹੋਣੀਆਂ ਇਹ ਤਾਂ ਗੱਲਾਂ ਕਹਿੰਦੇ ਸਮਝਦੀਆਂ ਹੋਣੀਆਂ ਲੋ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਹੈ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲਿਕਾ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾ ਉਹਦੀ ਖੇਡ ਕੁਸ਼ਤੀ ਦੀ ਗੱਲ ਉਹਦੀ ਧੂੜ ਅਸਮਾਨੀ ਭੁੱਟੇ ਵਾਲੇ ਜੋ ਲੱਗਦਾ ਕਹਿੰਦੇ ਲੱਗਦਾ ਨਗਰ ਦੇ ਮੈਦਾਨੀ ਅੱਜ ਮੈਦਾਨ ਕਹਿੰਦੇ ਨਗਰ ਦਾ ਤੇ ਕੁਸ਼ਤੀ ਸ਼ੁਰੂ ਹੋਈ ਹੈ ਇੱਕ ਪਾਸੇ ਗੱਗੂ ਹੈ ਫਗਵਾੜੇ ਵਾਲਾ ਫਗਵਾੜੇ ਦੀ ਕਹਿੰਦੇ ਪਹਿਲਵਾਨੀ ਬੜੀ ਮਸ਼ਹੂਰ ਹੈ ਕਦੇ ਸ਼ੰਮੀ ਦਾ ਨਾਂ ਕਦੇ ਦੀਪ ਸੁੰਡ ਦਾ ਨਾਂ ਆਇਆ ਪਰ ਹੁਣ ਦੇਖਦੇ ਹਾਂ ਲੱਕੈਰੀ ਲੱਗਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਨਹੀਂ ਦਿਸਾਂ ਦੂਜੇ ਪਾਸੇ ਵੀ ਕਹਿੰਦੇ ਨੌਜਵਾਨ ਚੋਟੀ ਦਾ ਕਿ ਜਦ ਦੇ ਵਗਣ ਵਿੱਚ ਇਲਾਕੇ ਰੇਤ ਜ਼ਮੀਨਾਂ ਦੇ ਜਿੱਤਾਂ ਦੇ ਪੁੱਤ ਆਦਿ ਹੋ ਕੇ ਚਰਸ ਪੇਟੀ ਨਾ ਦੇ ਕਿ ਭੈਣ ਭਾਈਆਂ ਚੋਂ ਪਿਆਰ ਨੂੰ ਲੋਕੋ ਪੈਸਾ ਪੱਟ ਗਿਆ ਜਿੰਦ ਸਵਾੜਿਆ ਕਾਤਲ ਬਣ ਪੈਸਾ ਘਰਾਂ ਨੂੰ ਪੱਟ ਗਿਆ ਕਿ ਘਰਾਂ ਨੂੰ ਪੱਟ ਗਿਆ ਵਾਕਿਆ ਮੈਦਾਨ ਦੇ ਵਿੱਚ ਇਸ ਵੇਲੇ ਆਪਾਂ ਵੇਖਦੇ ਹਾਂ ਵੀ ਕੁਸ਼ਤੀ ਨੇ ਗੱਭਰੂਆਂ ਦੀ ਦੋਨੋਂ ਨੌਜਵਾਨ ਬੱਬਰ ਸ਼ੇਰ ਨੇ ਕਹਿੰਦੇ ਮਾਮਾ ਵਿਰਲੀਆਂ ਪੁੱਤ ਪਹਿਲਵਾਨ ਜੰਮਣ ਜਿਹਨਾਂ ਨਾਲ ਰੋਸ਼ਨ ਖਾਨਦਾਨ ਹੋਵੇ ਮਨ ਮਾਰ ਕੇ ਕਰੇਗਾ ਜੋ ਮੱਲ ਮਿਹਨਤ ਉਹੀ ਦੰਗਲੀ ਪੂਰਾ ਪਹਿਲਵਾਨ ਹੋਵੇ ਉਸੇ ਮੱਲ ਦੀ ਛਿੰਝਾਂ ਚ ਹੋਵੇ ਚਰਚਾ ਦਾ ਮਾਰੂ ਜੋ ਚੁਸਤ ਮਹਾਨ ਹੋਵੇ ਦਾ ਮਾਰੂ ਜੋ ਚੁਸਤ ਮਹਾਨ ਹੋਵੇ ਜਿਹਨੇ ਕਹਿੰਦੇ ਦਾ ਮਾਰਨੇ ਹੈ ਲੋਕੀ ਉਹਨੂੰ ਚੇਤੇ ਕਰਦੇ ਨੇ ਵਾਕੇ ਇੱਕ ਪਾਸੇ ਜੱਸਾ ਤੇ ਦੂਜੇ ਪਾਸੇ ਇਹ ਨੌਜਵਾਨ ਗੱਗੂ ਫਗਵਾੜੇ ਵਾਲਾ ਕਿ ਸੋਹਣੀ ਖੇਡ ਦੇ ਮਾਲਕ ਖੇਡ ਦੇ ਚੰਗੀ ਵਿਖਾਉਂਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ ਸੰਦਲੀ ਪੈੜਾ ਪਾ ਜਾਂਦੇ ਜਿੰਦ ਸਵਾੜਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਕਿ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਕਿ ਕੁਸ਼ਤੀ ਜਿਹੜੀ ਮੈਦਾਨ ਚ ਤੱਕਣ ਯੋਗ ਹੈ ਕਿ ਪਹਿਲਵਾਨੀ ਹੈ ਮਜ਼ਬੂਤ ਪੈਂਤਰੇ ਦੀ ਕਿ ਪਹਿਲਵਾਨੀ ਹੈ ਮਜ਼ਬੂਤ ਪੈਂਤਰੇ ਦੀ ਹਰ ਮਲ ਨੂੰ ਪਊ ਇਕਬਾਲ ਕਰਨਾ ਮੋੜਾ ਕਰਕੇ ਕਿਸੇ ਨੇ ਆਪ ਉੱਠੀ ਮਾਰਨ ਦਾ ਦਿਲੋਂ ਖਿਆਲ ਕਰਨਾ ਵਾਹ ਜੀ ਵਾਹ ਕਹਿੰਦੇ ਲੋਕੀ ਪਸੰਦ ਕਰਦੇ ਹੈ ਜੱਸੇ ਪੱਟੀ ਦੀ ਕੁਸ਼ਤੀ ਨੂੰ ਮੈਦਾਨ ਦੇ ਵਿੱਚ ਉੱਪਰਲੇ ਪਾਸੇ ਹੈ ਕਹਿੰਦੇ ਕਿਸੇ ਨੇ ਟੰਗ ਕੜੰਗੇ ਦੀ ਮਾਰਨੀ ਏ ਕਿਸੇ ਮਾਰ ਮੁਲਤਾਨੀ ਕਮਾਲ ਕਰਨਾ ਕਿਸੇ ਮੱਲ ਨੇ ਮਾਰੀ ਸਖੀ ਸੁੰਦਰ ਭੱਜ ਕੇ ਕਹਿੰਦੇ ਕਈਆਂ ਕਲਾ ਜੰਗ ਬੰਨਾ ਹੋਇਆ ਕਿਹਾ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਤੱਕਣ ਯੋਗ ਹੈ ਚੱਲਦੀ ਹੋਈ ਕੁਸ਼ਤੀ ਜਿਹੜੀ ਕਹਿੰਦੇ ਤੱਕਣ ਯੋਗ ਹੈ ਕਿ ਭਲੇ ਬਖਸ਼ੇ ਕਿ ਨਾ ਸਭ ਕੁਝ ਜਦ ਰਲ ਮਿਲ ਕੇ ਸਾਰੇ ਰਹਿੰਦੇ ਸੀ ਫਿਕਰ ਨਾ ਕਰਦੇ ਘੋੜਾ ਮੋਢੇ ਨਾਲ ਮੋਢਾ ਜੁੜ ਕਹਿੰਦੇ ਦੁੱਖ ਵਟਾਉਂਦੇ ਸੀ ਸਮਾਂ ਬਦਲਿਆ ਖੂਨ ਬਦਲਿਆ ਲੋਕਾਂ ਦਾ ਕਹਿੰਦੇ ਚਿੱਟਾ ਹੋ ਗਿਆ ਏ ਜਿੰਦ ਸਵਾੜਿਆ ਨਫ਼ਰਤ ਵੱਧ ਗਈ ਕਿ ਪਿਆਰ ਨਾਲੋਂ ਪੈਸਾ ਵੱਡਾ ਹੋ ਗਿਆ ਏ ਤੇ ਪਿਆਰ ਨਾਲੋਂ ਪੈਸਾ ਕਹਿੰਦੇ ਵੱਡਾ ਹੋ ਗਿਆ ਏ ਚੱਲਦੀ ਕੋਈ ਕੁਸ਼ਤੀ ਜ਼ਰੂਰ ਹੈ ਇਸ ਵੇਲੇ ਆਪਾਂ ਤੱਕ ਗਏ ਇਹਨਾਂ ਨੌਜਵਾਨਾਂ ਦਰਮਿਆਨ ਵਾਕਿਆ ਤੱਕਣ ਯੋਗ ਹੈ ਜੇ ਮਾਰੀ ਥਾਪੀ ਸਾਰਾ ਹੀ ਪੰਡਾਲ ਗੁੰਜਿਆ ਜੋਬਰਾਂ ਨੇ ਮੱਥੇ ਤੋਂ ਪਸੀਨਾ ਪੂੰਜਿਆ ਚਾਰੇ ਪਾਸੋਂ ਯਾਰਾਂ ਨੇ ਆਵਾਜ਼ਾਂ ਆਉਣੀਆਂ ਤੇ ਕੁਸ਼ਤੀਆਂ ਦੇ ਯੋਧਿਆਂ ਦੇ ਭੇੜ ਪਵਾਉਣੀਆਂ ਵਾਕਿਆ ਮੈਦਾਨ ਵਿੱਚ ਚੱਲਦੀ ਹੋਈ ਕੁਸ਼ਤੀ ਇਹ ਵੀ ਤੱਕਣ ਯੋਗ ਹੈ ਨਹੀਂ ਉਹ ਰਿਸਤਾ ਇਹਨਾਂ ਨੌਜਵਾਨਾਂ ਦੀਆਂ ਨਹੀਂ ਉਹ ਰਿਸਾ ਵਾਹ ਵੀ ਵਾਹ ਕਹਿੰਦਾ ਕਹਿੰਦੇ ਗੱਭਰੂ ਦੇ ਤੱਕ ਭਿੜਦੇ ਨੇ ਹੱਥ ਹੱਥ ਦੇ ਚਰਚੇ ਛਿੜਦੇ ਨੇ
ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਨੁੱਟ ਵੀ ਵਰਦੇ ਨੇ ਪੰਜੇ ਦੇ ਵਿੱਚ 500 ਮਾਨ ਨੇ ਥੇਲੀ ਖੁੱਟੀ ਦਾ ਸੁਖੀਆ ਵਜਨ ਤਾਰੀਆਂ ਜਦ ਕੋਈ ਘੁਲਦਾ ਮਲ ਚੁੱਟੀ ਦਾ ਕਹਿੰਦੇ ਜਦ ਮਿਰੀ ਨਾਲ ਕੁਸ਼ਤੀ ਹੋਈ ਵਾਕਿਆ ਦਰਸ਼ਕਾਂ ਨੇ ਉੱਪਰੋਂ ਕਹਿੰਦੇ 500 ਦੇ ਨੋਟਾਂ ਨਾਲ ਵਾਕਿਆ ਮੀਂਹ ਬਰਾਤਾ ਜਿਸੇ ਦੇ ਵਾਕਿਆ ਤਕਰੀਬਨ ਜੇ ਜ਼ਿਆਦਾ ਨਹੀਂ 25-30 ਹਜ਼ਾਰ ਰੁਪਏ ਕਹਿੰਦੇ ਕੁਸ਼ਤੀ ਦਾ ਉੱਪਰੋਂ ਲੱਗਿਆ ਵਾਕਿਆ ਜਿਸੇ ਦੇ ਲੋਕੀ ਫੈਨ ਨੇ ਇੱਕ ਵਾਰ ਫਿਰ ਤੋਂ ਤਾੜੀਆਂ ਲਾ ਦਿਓ ਵਾਕਿਆ ਮੁੰਨਾ ਕੋ ਮੈਂ ਕਹਿੰਦੇ ਪਰ ਫਿਰ ਤੋਂ ਦੋਨੋਂ ਪਹਿਲਵਾਨ ਆਮੋ ਸਾਹਮਣੇ ਨੇ ਦੋਨੋਂ ਪਹਿਲਵਾਨ ਆਮੋ ਸਾਹਮਣੇ ਨੇ ਵੱਖਰੇ ਵੱਖਰੇ ਜੋ ਦਿਖਾਉਂਦੇ ਨੇ ਨੌਜਵਾਨ ਕਿ ਗੁੰਦ ਮੈਂ ਸਰੀਰਾਂ ਵਾਲੇ ਸੁਭਾਅ ਨੇ ਫਕੀਰਾਂ ਵਾਲੇ ਕਿ ਗੁੰਦ ਮੈਂ ਸਰੀਰਾਂ ਵਾਲੇ ਸੁਭਾਅ ਨੇ ਫਕੀਰਾਂ ਵਾਲੇ ਬਣ ਗਏ ਨੇ ਹੀਰੇ ਖੇਡ ਸੰਸਾਰ ਦੇ ਚਾਮਾ ਨਾਲ ਵੇਖੋ ਗੁੰਦ ਮੈਂ ਸਰੀਰ ਨੂੰ ਸ਼ਿੰਗਾਰ ਦੇ ਕਿਸੇ ਨੇ ਬਣਾਇਆ ਜਾਰੇ ਡਾਲੇ ਉੱਤੇ ਵਾਜਵਈ ਪਾਟੀ ਉੱਤੇ ਮੋਰਨੀ ਦਾ ਪਹਿਲਾ ਸਿਰ ਵਾਜਵਈ ਕਹਿਣੇ ਕੀ ਸੀ ਪੈਰੀ ਪਾਈ ਜੁੱਤੀ ਤਲੇ ਡਾਲ ਦੇ ਚਾਮਾ ਨਾਲ ਵੇਖੋ ਗੁੰਦ ਮੈਂ ਸਰੀਰ ਨੂੰ ਸ਼ਿੰਗਾਰ ਦੇ ਇਹ ਗੁੰਦ ਮੈਂ ਸਰੀਰਾਂ ਦੇ ਮਾਲਕ ਮੈਦਾਨ ਵਿੱਚ ਜਿਹਾ ਦਿਖਾ ਰਹੇ ਨੇ ਕਿ ਲੋਕੀ ਜੁੜ ਕੇ ਖੜ ਗਏ ਨੇ ਚੱਲ ਕੁਸ਼ਤੀ ਵਾਲੀ ਛਿੜ ਗਈ ਅਮਿਤ ਚੰਡੀਗੜ੍ਹ ਦਾ ਜਵਾਬ ਸੁਣਦਾ ਤੇ ਲੋਕੀ ਜੁੜ ਕੇ ਖੜ ਗਏ ਨੇ ਗੱਲ ਕਬੱਡੀ ਵਾਲੀ ਛਿੜ ਗਈ ਕਹਿੰਦੇ ਜਦੋਂ ਬੱਚਿਆ ਢੋਲ ਯਾਰੋ ਦੁਨੀਆ ਬਾਗ ਫੁੱਲਾਂ ਦੇ ਖਿੜ ਗਈ ਕਈ ਕਹਿੰਦੇ ਥੱਕਦੇ ਨਾ ਕਿ ਮੁੰਡਾ ਵੇਖੋ ਖਾਲੀ ਹੱਥ ਨਹੀਂ ਆਉਂਦਾ ਵੇਖ ਕੇ ਵੇਖ ਜਵਾਨਾ ਬਈ ਕਿ ਮੁੰਡਾ ਵੱਖਰੇ ਯਾਰ ਦਿਖਾਉਂਦਾ ਕਿ ਮੁੰਡਾ ਵੱਖਰੇ ਯਾਰ ਦਿਖਾਉਂਦਾ ਇੱਕ ਵਾਰੀ ਬਾਕੀ ਜ਼ੋਰਦਾਰ ਤਾੜੀਆਂ ਲਾ ਕੇ ਗੱਗੂ ਲਈ ਮੈਦਾਨ ਦੇ ਵਿੱਚ ਕਹਿੰਦੇ ਗੱਗੂ ਜਿਹੜਾ ਹੈਗਾ ਉਹ ਉੱਪਰਲੇ ਪਾਸੇ ਆ ਪਰ ਜਸਾ ਨਿਕਲਣ ਦੀ ਕੋਸ਼ਿਸ਼ ਕਰਦਾ ਵਾਕਿਆ ਨਿਕਲਣ ਦੀ ਕੋਸ਼ਿਸ਼ ਕਰਦਾ ਕਹਿੰਦਾ ਕੁਝ ਨਾਮ ਕਮਾ ਲਾ ਬਈ ਸੱਜਣਾ ਕਾਰਜ ਚੰਗੇ ਕਰਕੇ ਖਾਲੀ ਹੱਥ ਤੁਰ ਜਾਏਗਾ ਨਹੀਂ ਜਾਣਾ ਢੇਲਾ ਕਰਕੇ ਮਾੜੇ ਨੂੰ ਮਾੜਾ ਕਹਿੰਦੇ ਨੇ ਚੰਗੇ ਦੀ ਮਜ਼ਲ ਵਿਖਰਦੇ ਤੱਕੇ ਚੁਗਲ ਖੋਰ ਤੇ ਬੇਈਮਾਨ ਬੰਦਾ ਪੰਮਿਆਂ ਸਭ ਦੀ ਅੱਖ ਵਿੱਚ ਰੜਕੇ ਕਿ ਪੰਮਿਆਂ ਸਭ ਦੀ ਅੱਖ ਵਿੱਚ ਰੜਕੇ ਬਾਕੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਇਸ ਵੇਲੇ ਟੱਕਰ ਜੋਗ ਹੈ ਹਰੀ ਕੀ ਪੰਜੀ ਕਹਿੰਦੇ ਅਗਰ ਜਸਾ ਕੁਸ਼ਤੀ ਜਿੱਤ ਗਿਆ ਤਾਂ 100 ਰੁਪਏ ਜਿਹੜਾ ਦੇਗਾ ਹਰੀ ਕੀ ਪੰਜੀ ਹੁਸ਼ਿਆਰਪੁਰ ਵਾਲੇ 100 ਰੁਪਏ ਦੇ ਵੱਡੇ ਮਾਨ ਸਨਮਾਨ ਦੇਣਗੇ ਇਸ ਨੌਜਵਾਨ ਨੂੰ ਵਾਕਿਆ ਹਰੀ ਕੀ ਕਹਿੰਦੇ ਮੁੰਡੇ ਦੀ ਜਾਨ ਵਾਵੀ ਹੈ ਵਾਕਿਆ ਪਿਓ ਨੇ ਕਹਿੰਦੇ ਬਹੁਤ ਤਕੜੀ ਕੁਸ਼ਤੀ ਲੜੀ ਹੈ ਐਵੇਂ ਨੀ ਕਹਿੰਦੇ ਸਲਵਿੰਦਰ ਸਿੰਘ ਛਿੰਦੇ ਦਾ ਨਾਂ ਪੱਟੀ ਵਾਲੇ ਛਿੰਦੇ ਦਾ ਨਾਂ ਇਹਨਾਂ ਹਾਲੇ ਵੀ ਗਰਾਉਂਡਾਂ ਦੇ ਵਿੱਚ ਗੂੰਜਦਾ ਇੱਕ ਵਾਰ ਤਾੜੀ ਲਾ ਦਿਓ ਕੁਸ਼ਤੀ ਕਹਿੰਦੇ ਤੇਜ਼ ਹੋ ਗਈ ਹੈ ਕਹਿੰਦੇ ਇੱਜ਼ਤ ਮਾਣ ਤੇ ਸ਼ਾਨ ਦਸਤਾਰ ਪੰਜਾਬੀਆਂ ਦੀ ਵਿੱਚ ਕੁਰਬਾਨੀਆਂ ਸਭ ਤੋਂ ਲੰਮੀ ਕਰਤਾਰ ਪੰਜਾਬੀਆਂ ਦੀ ਆ ਵੇਖ ਰਿਕੀ ਕਹਿੰਦੇ ਵਾਕਿਆ ਆ ਨੌਜਵਾਨ ਕਹਿੰਦੇ ਘੱਟ ਨੀ ਹੈਗਾ ਕਹਿੰਦੇ ਸ਼ਾਗਿਰਦ ਭਾਨੇ ਪੈ ਲਿਆਂਦਾ ਭਾਨਾ ਵੀ ਉਚੇਚੇ ਤੌਰ ਤੇ ਪੁੱਜਿਆ ਹੋਇਆ ਭਾਨੇ ਇੱਕ ਵਾਰ ਅਖਾੜ ਨੂੰ ਸਲਾਮੀ ਦੇ ਕੇ ਜਾਈ ਪਤਾ ਲੱਗੇ ਵੀ ਭਾਨੀ ਭਾਨਾ ਜਿਹੜਾ ਕਹਿੰਦੇ ਦੁਗੁਰਜੀ ਨਗਰ ਵਾਲਾ ਭਾਨਾ ਜਦੋਂ ਘੁਲਦਾ ਤਾਂ ਵਾਕਿਆ ਪਤਾ ਲੱਗਦਾ ਤਾ ਕਿ ਵਾਕਿਆ ਗੋਲੀ ਚੱਲੀ ਹੈ ਕੋਈ ਇੱਕ ਵਾਰ ਤਾੜੀਆਂ ਲਾ ਦੋ ਔਰ ਦੁਗੁਰਜੀ ਵਾਲਾ ਭਾਨਾ ਕਹਿੰਦੇ ਔਰ ਨੌਜਵਾਨ ਆਪਣੇ ਸਮੇਂ ਦਾ ਬਹੁਤ ਪ੍ਰਸਿੱਧ ਪਹਿਲਵਾਨ ਹੋਇਆ ਭਾਨਾ ਦੁਗੁਰਜੀ ਵਾਲਾ ਉਸਤਾਦ ਹੈ ਕਹਿੰਦੇ ਦੱਸੇਗਾ ਤੇ ਜਲਦੀ ਹੁਣ ਕੁਸ਼ਤੀ ਵੀ ਕਹਿੰਦੇ ਬੜੀ ਪਿਆਰੀ ਹੈ ਬੜੇ ਕਹਿਣੇ ਸੌਖੇ ਨੇ ਹੁੰਦੇ ਔਖੇ ਬੋਲ ਪਗਾਉਣੇ ਖੁਰਾਕਾਂ ਖਾਣੀਆਂ ਪੈਂਦੀਆਂ ਨੇ ਨਹੀਂ ਸੌਖੇ ਜਿਸਮ ਬਣਾਉਣੇ ਬੰਨਿਆਂ ਨਿੰਦ ਲਾਉਣੀ ਪੈਂਦੀ ਹੈ ਨਹੀਂ ਸੌਖੇ ਜਿਸਮ ਲਾਉਣੇ ਅੱਜ ਦਾ ਦੰਗਲ ਜਿਹੜਾ ਸਮਾਪਤ